ਮਰਨਾ ਸਭ ਨੇ ਹੈ, ਮੌਤ ਇੱਕ ਅਟਲ ਸੱਚਾਈ ਹੈ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਮੌਤ ਆਉਣੀ ਕਿੱਥੇ ਹੈ। ਪਰ ਜਿਸ ਨੂੰ ਗੁਰੂ ਚਰਨਾਂ 'ਚ ਮੌਤ ਆਵੇ ਉਸਨੂੰ ਬਹੁਤ ਭਾਗਾਂ ਵਾਲਾ ਸਮਝਿਆ ਜਾਂਦਾ ਹੈ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ 'ਚ ਪਰਮਜੀਤ ਸਿੰਘ ਭਾਟੀਆ ਵਾਸੀ ਅੰਮ੍ਰਿਤਸਰ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਅਤੇ ਗੁਰੂ ਚਰਨਾਂ 'ਚ ਆਪਣੇ ਸਵਾਸ ਪੂਰੇ ਕੀਤੇ। ਤੁਸੀਂ ਵੀਡੀਓ 'ਚ ਵੇਖ ਸਕਦੇ ਹੋ ਕਿ ਮੱਥਾ ਟੇਕਣ ਲਈ ਉੱਠੇ ਅਤੇ ਬਾਅਦ 'ਚ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਦੱਸਿਆ, ਇੱਕ ਪ੍ਰੇਮੀ ਭਾਈ ਪਰਮਜੀਤ ਸਿੰਘ ਭਾਟੀਆ ਜੋ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਦਰਸ਼ਨ ਕਰਨ ਆਉਂਦਾ ਸੀ, ਉਹ ਦਰਸ਼ਨ ਕਰਨ ਆਏ ਸਮੇਂ ਉਸਦੀ ਅਚਾਨਕ ਮੌਤ ਹੋ ਗਈ ਹੈ। ਔਰ ਉਸ ਸਮੇਂ ਤੁਰੰਤ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ, ਪ੍ਰਬੰਧਕਾਂ ਵੱਲੋਂ, ਮੈਨੇਜਰ ਸਾਹਿਬ ਵੱਲੋਂ ਉਸ ਪ੍ਰੇਮੀ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪਹੁੰਚਾਇਆ ਗਿਆ, ਔਰ ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ ਜੀ। ਕੋਈ ਫੈਮਿਲੀ ਮੈਂਬਰ ਹੀ ਉਹਨਾਂ ਦੇ ਨਾਲ ਹੈਗਾ? ਨਹੀਂ, ਉਸ ਸਮੇਂ ਮੌਜੂਦਾ ਸਮੇਂ ਤੋਂ ਸੰਗਤ ਸੀ, ਸੰਗਤ ਵੱਲੋਂ ਪਤਾ ਲੱਗਿਆ ਸੀ, ਉਹ ਤੁਰੰਤ ਪਹੁੰਚਾਇਆ ਗਿਆ ਜੀ ਉੱਥੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।